ਅਸਲਾਮ ਅਲੈਕਮ। ਅੱਜ ਬੜਾ ਨਾਈਸ ਵੈਦਰ ਹੋਇਆ। ਇਸ ਵੈਦਰ 'ਚ ਦਿਲ ਕਰਨਾ ਕਿ ਜਿਹੜੇ ਤੁਸਾਂ ਨੇ ਕੋਈ ਰੁਕੇ ਕੰਮ ਸ਼ਾਮ ਬਾਹਰ ਤੁਸਾਂ ਜਿਹੜੇ ਕੋਈ ਕਰਨੇ ਹੋਣੇ ਉਹ ਕਰਨੇ ਨੇ, ਦਿਲ ਕਰਨਾ ਤਾਂ ਜੁਲਨੇ ਹਾਂ ਅਸਾਂ ਬਾਹਰ ਕੋਈ ਤੱਕਣੇ ਹਾਂ ਕਿ ਕੋਈ ਕਿਹੜੇ ਕਿਹੜੇ ਕੋਈ ਕੰਮ ਕਰੀ ਸਕਣੇ ਹਾਂ। ਕੋਈ ਪੁਰਾਣੇ ਜਿਹੜੇ ਪੇ ਕੋਈ ਘਰ ਹੈ ਨੇ ਕੋਈ ਚੀਜ਼ ਤਾਂ ਉਹ ਕਰਨੇ ਹਾਂ। ਤਾਂ ਤੱਕੋ ਕਿਤਨਾ ਨਾਈਸ ਵੈਦਰ ਹੈ ਅੱਜ, ਤਾਂ ਫੁੱਲ ਬੂਟੇ ਵੀ ਨਿਕਲੇ ਨੇ ਬਾਹਰ। ਤਾਂ ਮੈਂ ਇੱਕ ਦੋ ਜਿਹੜੇ ਨਾ ਫੁੱਲ ਬੜੇ ਪਸੰਦ ਨੇ ਉਹ ਤੁਹਾਨੂੰ ਨਾਲ ਸ਼ੇਅਰ ਕਰਸਾਂ ਬਾਹਰ ਮੈਂ ਹੈ ਜੁਲਾਂ ਜ਼ਰਾ। ਤਾਂ ਅੱਜ ਵੈਦਰ ਬੜਾ ਨਾਈਸ ਹੈ, ਤੱਕੋ ਪਿੱਛੇ ਸਮਰ ਆ ਹੀ ਰਿਹਾ, ਸਾਰੀ ਤਰਫ ਫੁੱਲ ਬੂਟੇ ਅੱਲਾ ਨੇ ਤੱਕੋ ਬਣਾਏ, ਕਿਤਨੇ ਖੂਬਸੂਰਤ ਰੰਗ ਹਨ। ਤਾਂ ਚਲੋ ਤੱਕਣੇ ਹਾਂ ਅਸਾਂ, ਜੁਲਨੇ ਹਾਂ ਫਿਰ ਕੁਦਰ 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 ਜਾਣੀ। ਹੁਣ ਜੀ ਤੁਸੀਂ ਪਤਾ ਲੱਗੀ ਗਿਆ ਸੀ ਜੀ ਅਸਾਂ ਸੋਫੇ ਚੇਂਜ ਕਰਨ ਲੱਗੇ ਹਾਂ। ਤਾਂ ਮੈਂ ਹੈ ਜੁਲਾਂ ਵਾ ਸੋਫਿਆਂ ਨੇ, ਕੋਈ ਦੋ ਚਾਰ ਸ਼ਾਪਾਂ ਚੈੱਕ ਕਰਾਂ ਤਾਂ ਫਿਰ ਕੋਈ ਡਿਸਾਈਡ ਕਰਾਂ ਕਿ ਕਿਹੜੇ ਸੋਫੇ ਚੂਜ਼ ਕਰਾਂ। ਤੁਸੀਂ ਵੀ ਦੱਸਣੇ ਆ ਨਾਲ ਇੱਥੇ ਕਿਹੜੇ ਕਿਹੜੇ ਡਿਜ਼ਾਇਨ ਨੇ। ਤੱਕੋ ਜੀ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਅਸਾਂ ਨਾ ਬਿੱਲਾ ਡਿਸਾਈਡ ਕਰੇ ਕਿ ਕਿਹੜੇ ਮੈਂ ਨਾ ਫਾੜੀ ਸਕਣਾ। ਅਸਾਂ ਨੇ ਲੈਦਰ ਨੇ ਸਨ ਤਾਂ ਸਾਰੇ ਬਿੱਲੇ ਫਾੜੀ ਛੋੜੇ। ਜ਼ਿਆਦਾ ਮਸਲਾ ਅਸਾਂ ਨਾ ਇਹ ਅਸਾਂ ਸੋਚਨੇ ਆ ਕਿ ਉਹ ਜਿਹਾ ਕੱਪੜਾ ਵਾ ਜਿਹੜਾ ਅਸਾਂ ਨਾ ਬਿੱਲਾ ਨਾ ਫਾੜੀ ਸਕੇ। ਹੁਣ ਅਸਾਂ ਜੁਲਨੇ ਆ ਘਰ ਤਾਂ ਬੁੱਕਾਂ ਲਈ ਜੁਲਨੇ ਆ ਤਾਂ ਫਿਰ ਚੂਜ਼ ਕਰੀ ਗਏ ਜਿਲ੍ਹਾ ਬਣੀ ਰਹੇ ਤਾਂ ਫਿਰ ਤੁਸਾਂ ਕੀ ਦੱਸਾਂ। ਰੈਡ ਕਲਰ ਚ ਸਾਰੇ ਇਹ ਸਹੀ ਲਾਏ ਨੇ, ਹੈ ਤਾਂ ਚਾਰ ਨੌ ਤਰੇ ਤੇ ਤਰੇ ਨੌ ਤੇ ਤਰੇ ਦਸਾਂ ਪੌਂਡਾਂ ਨੇ, ਹੈ ਸਹੀ ਲਾਏ ਨੇ। ਸੂਏ ਵੀ ਹੈ ਮੈਂ ਬਸਤਾਂ 'ਚ ਇਹ ਲਾਉਣੀ ਹੋਣੀ ਹੈ, ਬੜੀ ਖੂਬਸੂਰਤ ਫੁੱਲ ਹੋਣੀ। ਇਹ ਤਾਂ ਕੋਈ ਨਾ ਮਲਟੀਆਂ ਨੂੰ ਪਰ ਇਹ ਬੂਟੇ ਮਲਟੇ ਹੀ ਮਲਟੇ ਲੱਗੇ ਹੋਏ ਨੇ। ਮੈਂ ਆਈਕੀਆ ਚ ਪਿਛਲੇ ਸਾਲ ਖੜਿਆ ਸੀ ਨਾ ਤੇ ਤਿੰਨੇ ਖੱਟੇ ਕੋਈ ਸੁਣੀ ਨਾ ਲਵੇ, ਖੱਟੇ ਨੇ ਬੜੇ ਸਖਤ, ਮਿੱਠੇ ਕੋਈ ਨਹੀਂ। ਮਨੀ ਪਲਾਂਟ, ਮਨੀ ਪਲਾਂਟ ਨਾ ਪੁੱਛਣੇ ਰਹਿਣੇ ਸਾਰੇ। ਇਹ ਮਨੀ ਪਲਾਂਟ ਤੱਕੋ ਕੀ ਪ੍ਰਾਈਜ਼ ਹੈ ਇਹਨਾਂ ਨੂੰ ਚੈੱਕ ਕਰੋ ਪ੍ਰਾਈਜ਼।
ਮੋਟੇ ਮੋਟੇ ਬਰਕੇ ਲੱਗੇ, ਮੋਟੇ ਮੋਟੇ ਬਰਕੇ ਲੱਗੇ ਨੇ। ਇਹ ਵੀ 2 12 ਪੁੰਡਾਂ ਨੇ, ਇਹ ਵੀ ਨਾਇਸ ਨੇ, ਏਡੇ ਸੋਹਣੇ। ਕੋਈ ਮੈਂ ਆਖਿਆ ਅੱਜ ਫਿਰੀ ਟੁਰੀ ਤਾਂ ਤੱਕਾਂ ਤਾਂ ਸਹੀ ਵੇ, ਕਿਹੜੇ ਕੋਈ ਸਮਰ ਨਾ ਕਹਿ ਸ਼ੁਰੂਆਤ ਹੋਈ ਰਹੀ ਹੈ, ਕੋਈ ਫੁੱਲ ਬੂਟੇ ਚਾਹੀ ਨਹੀਂ ਜਾਂ ਕਹਿ ਗੁਲਾਬ ਨੇ ਵੀ ਲੱਗੇ ਨੇ, ਇਹਨਾਂ ਲਾਏ ਨੇ 2 18 ਪੌਂਡਾਂ ਨੇ। ਠੀਕ ਹੈ ਨਾ, ਪ੍ਰਾਈਸ ਤਾਂ ਠੀਕ ਨੇ। ਸਮਰ ਨਾ ਤਾਂ ਇੱਥੇ ਪਤਾ ਲੱਗਣਾ, ਸਮਰ ਆ ਹੀ ਰਿਹਾ, ਉਸ ਨਾਲ ਐਲਾਨ ਕਰੋ ਜੀ। ਇਹ ਓਲੀਵ ਨਾ ਤੱਕੋ ਜੀ, ਇਸਕੀ ਫੁੱਲ ਵੀ ਪੇ ਵੀ ਨਾ ਤੱਕੋ ਫੁੱਲ, ਇਸ ਤਰ੍ਹਾਂ ਅੰਬਾਂ ਨੇ ਨਹੀਂ ਤਾਂ ਬੂਰ ਪਿਆ ਹੋਣਾ ਸੀ। ਲਗਾਣਾ ਲਕਾਟ ਆ ਰਿਹਾ ਪਰ ਹੈ ਕੁਝ ਹੋਰ ਉਸੀ, ਇਹ ਵੀ ਓਲਿਵ ਨੇ ਸਾਰੇ। ਤਿੱਤਲੀਆਂ ਆ ਨਿਕਲੀਆਂ ਨਿੱਕੀਆਂ ਤਿੱਤਲੀਆਂ ਜੀ ਹੈ ਨਾ, ਕਿਤਨੇ ਸੋਹਣੇ ਤੱਕੋ, ਹੋਏ ਹੋਏ ਹੋਏ, ਬਿਊਟੀਫੁਲ ਬਿਊਟੀਫੁਲ। ਫੁੱਲ ਤਾਂ ਬਹਾਰ ਹੈ, ਅਸਾਂ ਅਜੇ ਗਾਰਡਨ ਨਹੀਂ ਸਾਫ ਕੀਤਾ, ਗਮਲੇ ਨਹੀਂ ਸਾਫ ਕੀਤੇ, ਮੈਂ ਸਿਰਫ ਤੱਕਣ ਆ ਜਾਈ ਸਾਂ ਤੁਸੀਂ ਦੱਸਣੇ ਵਾਸਤੇ ਕਿ ਜਾਗੋ ਸਾਰੇ ਤਾਂ ਬਹਾਰ ਆਈ ਗਈ ਹੈ, ਇਹ ਐਲਾਨ ਕਰਨੇ ਵਾਸਤੇ।
ਤੇ ਗਾਰਡਨ ਸਾਫ ਕਰਸਾਂ ਤਾਂ ਫਿਰ ਜ਼ਹਿਨ ਤਾਂ ਮੈਂ ਅੱਛਾਂ ਤਾਂ ਫਿਰ ਕੋਈ ਫੁੱਲ ਬੂਟੇ ਖਰੀਦਸਾਂ ਅੱਜ ਮੈਂ ਜਾਈ ਤਾਂ ਐਲਾਨ ਕਰਨੀ ਆ ਤੁਸਾਂ ਕਿ ਵੀ ਤਾਂ ਜ਼ਹਿਨ ਕੀ ਸਾਰਿਆਂ ਕੀ ਦੱਸਾਂ ਵੀ ਤੱਕੋ ਕਿੰਨੇ ਖੂਬਸੂਰਤ ਫੁੱਲ ਬੂਟੇ ਇੱਥੇ ਆਏ ਹਨ ਸਾਰੇ ਤਾਂ ਹੁਣ ਅਸਾਂ ਆਪਣੀ ਗਾਰਡਨਿੰਗ ਸ਼ੁਰੂ ਕਰਾਂ ਇਹ ਪਰਪਲ ਜਿਹੜੇ ਨੇ ਆਲਵੇਜ਼ ਮਾਈ ਫੇਵਰੇਟ ਕਲਰ ਪਰਪਲ ਹੈਂ ਜੀ ਆਪਣਾ ਫੇਵਰੇਟ ਕਲਰ ਹੈ ਜੀ ਅੱਜ ਤੱਕੋ ਮੈਂ ਸਕੀ ਦੱਸੇ ਕਿਤਨੇ ਸੋਹਣੇ ਸਮਰ ਸ਼ੁਰੂ ਹੋ ਗਿਆ ਤੇ ਹਰ ਬੰਦੇ ਕੀ ਮਾੜਾ ਖਿਆਲ ਹੈ ਕਿ ਸਮਰ ਬਹੁਤ ਪਸੰਦ ਹੋਣਾ ਤੇ ਕੁਝ ਥੋੜੇ ਬੰਦੇ ਨੇ ਜਿੰਨਾ ਕਿ ਸਮਰ 'ਚ ਐਲਰਜੀ ਹੋਈ ਜਾਣੀ ਹੈ ਉਸ ਵਿੱਚ ਮਾੜੇ ਹਸਬੈਂਡ ਵੀ ਹਨ ਲਾਣੀ ਹੋਣੀਆਂ ਨਾ ਮਟਰ ਲਾਣੀ ਹੋਣੀਆਂ ਨਾ ਮੈਂ ਉਹ ਸੀਡ ਖਤਮ ਹੋਏ ਸਨ ਤਾਂ ਮੈਂ ਹੈ ਮਟਰਾਂ ਦੀ ਸੀਡ ਤੱਕਾਂ ਤੇ ਨਾਲ ਮੈਂ ਜ਼ਰਾ ਤੱਕਾਂ ਵੇ ਕਹਿ ਤਿਆਰੀਆਂ ਹੋ ਰਹੀਆਂ ਨੇ ਸਮਰ ਦੀਆਂ ਪੌਦੇ ਸ਼ੌਦੇ ਆਏ ਨੇ ਬੜੇ ਨੇ ਨਿੱਕੇ ਨੇ ਕਿਸ ਤਰ੍ਹਾਂ ਨੇ ਜਿਹੜੇ ਅਸਾਂ ਲਾਉਣੇ ਹੋਣੇ ਆ ਲਾਣੇ ਹੋਣੇ ਆ ਬਾਸਕਟਾਂ 'ਚ ਉਹ ਵੀ ਹੈ ਨੇ ਜਾਂ ਨਹੀਂ ਸਾਰਾ ਕੁਝ ਤੱਕਿਆ ਤਾਂ ਤੁਸਾਂ ਕੀ ਸੂਰਤ ਹਾਲ ਦੱਸੀ ਹੈ ਤਾਂ ਇਨਸ਼ਾਅੱਲਾ ਹੁਣ ਅਸਾਂ ਆਪਣਾ ਗਾਰਡਨ ਸਾਫ਼ ਕਰਨੇ ਆ ਤਾਂ ਫਿਰ ਆਪਣੀ ਗਾਰਡਨਿੰਗ ਸ਼ੁਰੂ ਕਰਨੇ ਆ ਤਾਂ ਫਿਰ ਤੁਸਾਂ ਕੀ ਦੱਸਾਂ ਸਾਰਾ ਤੁਸਾਂ ਰਹੋ ਸਾਰੇ ਨਾਲ ਤਾਂ ਇਨਸ਼ਾਅੱਲਾ ਮਿਲਨੇ ਆ ਫਿਰ ਕੁਛ ਨਵੇਂ ਅਪਡੇਟ ਨੇ ਨਾਲ ਗਾਰਡਨ ਨੀ ਨਾਲ ਤਾਂ ਤਬ ਤੱਕ ਖੁਦਾ ਹਾਫਿਜ਼।